ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। ਘਰ ਦੇ ਜਿੰਦਰੇ ਤੋੜ ਕੇ ਚੋਰੀ ਕਰਨ ਦੇ ਲਾਏ ਦੋਸ਼, ਦੂਜੀ ਧਿਰ ਵੱਲੋਂ ਚੋਰੀ ਦੇ ਦੋਸ਼ਾਂ ਤੋਂ ਇਨਕਾਰੀ। ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰ ਦੇ ਅਧੀਨ ਆਉਂਦੇ ਪਿੰਡ ਪਾਲਣੋ ਵਿਖੇ ਬਾਅਦ ਦੁਪਹਿਰ ਸੁਰਿੰਦਰ ਸਿੰਘ ਅਤੇ ਉਸਦੀ ਭੂਆ ਬਲਵੀਰ ਕੌਰ ਨੇ ਦੱਸਿਆ ਕਿ ਬੀਤੇ ਦਿਨ ਉਹ ਕਿਸੇ ਦੀ ਮਰਗ ਤੇ ਗਏ ਹੋਏ ਤਾਂ ਪਿੱਛੋਂ ਤਿੰਨ ਵਿਅਕਤੀ ਅਤੇ ਇੱਕ ਔਰਤ ਨੇ ਉਹਨਾਂ ਦੇ ਘਰ ਦੇ ਜਿੰਦਰੇ ਤੋੜ ਕੇ 85,000 ਰੁਪਏ ਅਤੇ ਕੁਝ ਸੋਨਾ ਚੋਰੀ ਕਰ ਲਿਆ। ਇਸ ਦੌਰਾਨ ਜਦੋਂ ਅਸੀਂ ਘਰ ਪਰਤੇ ਤਾਂ ਉਹਨਾਂ ਨੇ ਅੰਦਰੋਂ ਘਰ ਦੀ ਕੁੰਡੀ ਲਾ ਲਈ ਅਤੇ ਅਸੀਂ ਵੀ ਮੌਕੇ ਤੇ ਬਾਹਰੋਂ ਜਿੰਦਰਾ ਲਗਾ ਦਿੱਤਾ ਅਤੇ 181 ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਕਮਰੇ ਚੋਂ ਬਾਹਰ ਕੱਢਿਆ ਅਤੇ ਇੱਕ ਵਿਅਕਤੀ ਜ਼ਖਮੀ ਨੂੰ ਅਪਰਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਇਸ ਘਟਨਾ ਸੰਬੰਧੀ ਦੂਜੀ ਧਿਰ ਦੇ ਕੁਲਵਿੰਦਰ ਕੌਰ ਅਤੇ ਉਸਦੇ ਪੁੱਤਰ ਬਲਵੀਰ ਰਾਮ ਨੇ ਦੱਸਿਆ ਕਿ ਉਹਨਾਂ ਨੇ ਉਕਤ ਜਗ੍ਹਾ ਪਹਿਲੀ ਧਿਰ ਪਾਸੋਂ 9 ਲੱਖ ਰੁਪਏ 'ਚ ਖਰੀਦੀ ਸੀ, ਜਿਸ ਦੇ ਕਾਗਜ਼ਾਤ ਉਹਨਾਂ ਦੇ ਕੋਲ ਹਨ। ਬਾਰ ਬਾਰ ਕਹਿਣ 'ਤੇ ਵੀ ਉਹਨਾਂ ਨੂੰ ਖਰੀਦੀ ਹੋਈ ਜਗ੍ਹਾ ਦੀਆਂ ਚਾਬੀਆਂ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਅਸੀਂ ਸਰਪੰਚ ਨੂੰ ਵੀ ਸੂਚਿਤ ਕੀਤਾ, ਪਰ ਸਰਪੰਚ ਨੇ ਕਿਹਾ ਕਿ ਤੁਸੀਂ ਘਰ ਦੇ ਜਿੰਦਰੇ ਤੋੜ ਕੇ ਘਰ ਬੈਠ ਜਾਓ। ਇਸ ਸੰਬੰਧੀ ਸਬ ਇੰਸਪੈਕਟਰ ਕਸ਼ਮੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇਹ ਚੋਰੀ ਦੀ ਕੋਈ ਘਟਨਾ ਨਹੀਂ ਹੈ, ਇਹ ਮਾਮਲਾ ਘਰ ਖਰੀਦਣ ਤੇ ਕਬਜ਼ਾ ਨਾ ਦੇਣ ਦਾ ਹੈ। ਦੋਵਾਂ ਧਿਰਾਂ ਨੂੰ ਪੁਲਿਸ ਚੌਂਕੀ ਅਪਰਾ ਵਿਖੇ ਬੁਲਾਇਆ ਗਿਆ ਹੈ। ਬੂਟਾ ਸਿੰਘ ਢਿੰਸਾ, ਅਪਰਾ ਦੀ ਰਿਪੋਰਟ। ਸਾਡਾ ਇਹ ਕਹਿਣਾ ਕਿ ਅਸੀਂ ਚੋਰੀ ਨਹੀਂ ਕੀਤੀ ਹੈਗੀ, ਸਾਨੂੰ ਇਹ ਨਹੱਕ ਪਸੰਦ ਆ। ਅਸੀਂ ਜਿੱਦਣ ਅਸੀਂ ਬਿਆਨਾ ਕੀਤਾ 4 ਲੱਖ ਦਿੱਤਾ ਸੀਗਾ, ਜਿੱਦਣ ਅਸੀਂ ਆਪਣੀ ਰਜਿਸਟਰੀ ਕਰਾਈ ਆ 5 ਲੱਖ ਦਿੱਤਾ। 5 ਮਹੀਨੇ ਇਹਨਾਂ ਨੇ ਟਾਈਮ ਲੈ ਲਿਆ, ਫਿਰ ਵੀ ਨਹੀਂ ਸਾਨੂੰ ਨਹੀਂ ਦਿੱਤਾ, ਸਾਨੂੰ ਕਬਜ਼ਾ ਨਹੀਂ ਦਿੱਤਾ। ਕਿਉਂਕਿ ਇਹਨਾਂ ਦੋਏ ਸਰਪੰਚਾਂ ਪੈਂਚਾਂ ਹੋ ਗਏ ਆ, ਉਹਨੇ ਸਾਡੀ ਕੁਛ ਨਹੀਂ ਸੁਣੀ, 5 ਦਿਨ ਘੁੰਮ ਗਏ ਆ। ਉਸ ਤੋਂ ਬਾਅਦ ਸਰਪੰਚ ਸਾਨੂੰ ਕਹਿੰਦਾ ਤੁਸੀਂ ਜਿੰਦਾ ਭੰਨ ਕੇ ਅੰਦਰ ਜਾ ਵੜੋ। ਪਿੰਡ ਪਾਲਣੋ ਵਿਖੇ ਤੇ ਸਾਡੇ ਘਰ ਦੇ ਵਿੱਚ ਦੁਪਹਿਰ ਦੇ ਕੋਈ ਤਕਰੀਬਨ 12 ਵਜੇ ਨਾਲ ਚੋਰ ਐਂਟਰ ਕਰ ਗਏ ਜੀ, ਤੇ ਪਿੰਡ ਦੇ ਵਿੱਚ ਅਸੀਂ ਸੰਸਕਾਰ ਤੇ ਗਏ ਹੋਏ ਸੀ ਸਾਰੇ, ਜਿਹਨਾਂ ਦਾ ਰਾਹ ਲੈਂਦੇ ਹੋਏ ਚੋਰਾਂ ਨੇ ਬਾਹਰਲੇ ਜਿੰਦੇ ਭੰਨ ਕੇ ਐਂਟਰ ਕਰਕੇ ਸਾਡੇ ਘਰ ਦਾ ਨੁਕਸਾਨ ਕੀਤਾ ਗਿਆ। ਔਰ ਜਿਹਦੇ ਵਿੱਚ ਅਸੀਂ ਪੁਲਿਸ ਨੂੰ ਕਾਲ ਕੀਤੀ, ਪੁਲਿਸ ਵਾਲੇ ਘੱਟੋ ਘੱਟ ਅੱਧੇ ਘੰਟੇ ਦੇ ਵਿੱਚ ਸਾਡੇ ਕੋਲ ਪਹੁੰਚ ਗਏ। ਜਦੋਂ ਪੁਲਿਸ ਵਾਲੇ ਆਏ, ਅਸੀਂ ਬਾਹਰੋਂ ਜਿੰਦਾ ਲਾਇਆ ਹੋਇਆ ਸੀਗਾ, ਔਰ ਜਿੰਦਾ ਪੁਲਿਸ ਨੇ ਖੋਲ੍ਹ ਕੇ ਅੰਦਰੋਂ ਬੰਦਿਆਂ ਦੀ ਬਰਾਮਦ ਕੀਤੀ, ਜਿਹਦੇ ਵਿੱਚ 3-4 ਬੰਦੇ ਸੀ, ਜਿਹਨਾਂ ਵਿੱਚ 2 ਨੂੰ, ਕਿਉਂਕਿ ਪੁਲਿਸ ਮੁਲਾਜ਼ਮ 2 ਹੀ ਹੋਣ ਕਰਕੇ 2 ਜਣੇ ਭੱਜਣ ਵਿੱਚ ਸਫਲ ਹੋ ਗਏ ਆ, ਔਰ 2 ਨੂੰ ਉਹ ਨਾਲ ਚੌਂਕੀ ਲੈ ਗਏ। ਬੰਦੇ ਕਿੱਥੇ ਦੇ ਸੀਗੇ? ਬੰਦੇ ਜੀ ਜਦੋਂ ਪਹਿਲਾਂ ਸਾਨੂੰ ਕੋਈ ਪਤਾ ਨਹੀਂ ਸੀ ਕਿੱਥੋਂ ਦੇ, ਅਸੀਂ ਤਾਂ ਜਦੋਂ ਅੰਦਰ ਖੜਕਾ ਸੁਣਿਆ ਅਸੀਂ ਦਾਗਾਂ ਤੋਂ ਆਏ ਆ, ਤੇ ਭੂਆ ਜੀ ਮੇਰੇ ਦਾਗਾਂ ਤੋਂ ਆਏ, ਉਹਨੇ ਆ ਕੇ ਆਪਣੇ ਘਰ ਐਂਟਰੀ ਕੀਤੀ, ਅੰਦਰ ਉਹਨਾਂ ਨੂੰ ਆਵਾਜ਼ ਆਈ, ਆਵਾਜ਼ ਆ ਕੇ ਰੌਲਾ ਪਾਇਆ, ਨਾਲ 2 ਬੁੜੀਆਂ ਹੋਰ ਸੀਗੀਆਂ, ਉਹਨਾਂ ਨੇ ਰਲ ਕੇ ਬਾਹਰੋਂ ਜਿੰਦਾ ਨੂੰ ਇੱਕਦਮ ਖਿੱਚ ਲਿਆ, ਖਿੱਚ ਕੇ ਉੱਥੇ ਗੁਆਂਢੀਆਂ ਦੇ ਘਰੋਂ ਜਿੰਦਾ ਲੈ ਕੇ ਉੱਥੇ ਜਿੰਦਾ ਲਾ ਤਾ, ਤੇ ਫਿਰ ਮੈਨੂੰ ਕਾਲ ਕੀਤੀ। ਜਦੋਂ ਮੈਂ ਆਇਆ, ਮੈਂ ਪੁਲਿਸ ਨੂੰ ਕਾਲ ਕੀਤੀ, ਪੁਲਿਸ ਨੇ ਅੱਧੇ ਘੰਟੇ ਵਿੱਚ ਇੱਥੇ ਆ ਕੇ ਆਪਣੀ ਜੋ ਕਾਰਵਾਈ ਕੀਤੀ, ਪਰ ਪੁਲਿਸ ਕੋਲੋਂ ਇੱਕ ਲੇਡੀਜ਼ ਤੇ ਇੱਕ ਨਾਲ ਮੁੰਡਾ ਆ, ਉਹ ਫੜੇ ਗਏ। 2 ਮੁੰਡੇ ਆ, ਪੌੜੀਆਂ ਦਿਸ ਰਹੀਆਂ ਉੱਪਰ ਦੀ, ਇਹ ਪੌੜੀਆਂ ਬਾਹਰਲੇ ਪਾਸੇ ਨੂੰ ਪਿੱਛੇ ਨੂੰ ਜਾ ਕੇ ਉੱਤਰ ਗਏ ਆ, ਪਤਾ ਨਹੀਂ ਕਿੱਦਾਂ ਹੋਈ ਹੈ ਜੀ। ਹੋਰ ਤੁਸੀਂ ਕੀ ਪ੍ਰਸ਼ਾਸਨ ਮੰਗ ਕਰਦੇ ਹੋ? ਅਸੀਂ ਕਹਿੰਦੇ ਹਾਂ ਵੀ ਜਿਹੜੀ ਚੋਰੀ ਹੋਈ ਹੈ ਇਹ 'ਤੇ ਕਾਰਵਾਈ ਕਰਕੇ ਅਤੇ ਜੋ ਵੀ ਧਾਰਾ ਬਣਦੀ ਆ ਸਾਨੂੰ ਨਿਆਂ ਦਿੱਤਾ ਜਾਵੇ। ਜਿਹਦੇ ਵਿੱਚ ਅੰਦਰ ਅਲਮਾਰੀ ਦੇ ਜਿੰਦੇ ਭੰਨੇ ਗਏ ਆ, ਅਤੇ ਭੂਆ ਜੀ ਦੱਸਦੇ ਵੀ ਮੇਰਾ 8 ਤੋੜੇ ਸੋਨਾ ਸੀ ਅਤੇ 80,85,000 ਰੁਪਇਆ ਪਿਆ ਸੀਗਾ। ਅਤੇ ਹੋਰ ਕੀ ਕੀ ਸਮਾਨ ਚੋਰੀ ਹੋਇਆ ਜੀ? ਬਸ ਕੈਸ਼ ਚੋਰੀ ਕੀਤਾ, ਉਹਨਾਂ ਤੋਂ ਫਿਰ ਉਹਨਾਂ ਨੇ ਇਹ ਹੋ ਗਿਆ ਵੀ ਜਿਹੜੇ 2 ਬੰਦੇ ਨਾਲ ਦੇ ਸੀਗੇ, ਉਹ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਬੰਦੇ 2 ਛੱਤ ਟੱਪ ਕੇ ਟੱਪੇ ਗਏ ਆ, ਉਹਨਾਂ ਨੇ ਉਹ ਸਮਾਨ ਉਹਨਾਂ ਰਾਹੀਂ ਬਾਹਰ ਕਰ ਦਿੱਤਾ ਅਤੇ ਥੱਲੇ ਇੱਕ ਲੇਡੀਜ਼ ਅਤੇ ਇੱਕ ਜੈਂਟਸ ਪੁਲਿਸ ਨੂੰ ਸ਼ੋਅ ਕਰਨ ਵੀ ਅਸੀਂ 2 ਹੀ ਬੰਦੇ ਆ, ਉਹ ਥੱਲੇ ਆਰਾਮ ਨਾਲ ਖੜੇ ਰਹੇ। ਜਿਹੜਾ ਪਾਲਣੋ ਮਾਮਲਾ ਹੋਇਆ ਜੀ, ਪਾਲਣੋ ਪਿੰਡ ਦੇ ਵਿੱਚ ਇੱਕ ਚੋਰੀ ਦੇ ਸੰਬੰਧ 'ਚ ਬੰਦੇ ਅੰਦਰੋਂ ਫੜੇ ਗਏ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਚੋਰੀ ਦੀ ਗੱਲ ਕੋਈ ਨਹੀਂ, ਇਹਦੇ 'ਚ ਜਗ੍ਹਾ ਮੁੱਲੇ ਹੀ ਸੀ, 5 ਮਹੀਨੇ 30 ਅਗਸਤ ਦਾ ਟਾਈਮ ਖਾਲੀ ਕਰਦਾ ਪੰਚਾਇਤ ਵੱਲੋਂ, ਗੱਲ ਖਾਲੀ ਕਰੋ ਦੇ ਦੇਵਾਂਗੇ,
ਇਹ ਕਿਤੇ ਕਾਲੀ ਪਿਚਾਰ ਕੇ ਹੋਈ ਸੀ, ਇਹਨੇ ਦੱਸਿਆ ਮੈਨੂੰ ਉਹ ਕਿਤੇ ਜਾ ਆ ਮਾਂ ਪੁੱਤ ਆ ਕੇ ਜਿੰਦਾ ਅੰਦਰ ਚਲੇ ਗਏ ਆ, ਇਹ ਮੁੜ ਕੇ ਸਾਡੇ ਮੁਲਾਜ਼ਮ ਗਏ ਆ, ਇਹਨਾਂ ਨੇ ਜਿੰਦਾ ਬਾਹਰ ਖੋਲ੍ਹ ਕੇ ਇਹ ਉਹਨਾਂ ਦੇ ਮੁੰਡੇ ਦੀ ਗੱਲ ਪਿਆ ਸੱਸ ਤੋਂ ਬਾਅਦ ਮੁੰਡਾ ਉਹਦੇ ਐਡਮਿਟਲੀ ਇਲਾਜ ਡਾਕਟਰ ਹੋਇਆ, ਬਾਕੀ ਦੋਨੋਂ ਪਾਰਟੀ ਬੁਲਾ ਕੇ ਜੋ ਸੈਟ ਨਹੀਂ ਹੁੰਦਾ ਕਰਦੇ ਆ। ਸਰ ਉੱਥੇ ਕਬਜ਼ਾ ਫਿਲਹਾਲ ਕਿਹਦਾ ਸੀਗਾ? ਕਬਜ਼ਾ ਫਿਲਹਾਲ ਕਿਹਦਾ ਸਰ? ਇੱਕ ਉੱਥੋਂ ਹਥਿਆਰ ਬਰਾਮਦ ਹੋਏ ਆ, ਮੌਕੇ ਤੇ ਪੁਲਿਸ ਨੇ ਅੰਦਰੋਂ ਕੱਢਿਆ, ਸਮਾਨ ਖਿਲ ਰਿਹਾ ਪੱਤਰਿਆ ਪਿਆ ਆ, ਉਹਦੇ ਸੰਬੰਧ ਚ ਕੀ ਕਹਿਣਾ ਆਪਣਾ? ਉਹ ਤੇ ਆਪਾਂ ਤਫਤੀਸ਼ ਕਰਦੇ ਦੇਖਦੇ ਜੀ, ਕੁਛ ਨੀ ਕਰਦੇ, ਜੋ ਹੋਏਗਾ ਦੇਖਦੇ।